ਮੈਨੂੰ ਤੇ ਬੜਾ ਮਜ਼ਾ ਆਇਆ ਜੇ ਜਰਾ ਹੁਣ ਸਾਡੇ ਵੀਵਰ ਨੂੰ ਦੱਸਿਓ ਉਧਰ ਕੇ ਵਾਵਾ ਮਜ਼ਾ ਹੈ ਪਿਕਚਰ ਲਈ ਯਾਰ ਕਿਆ ਕਮਾਲ ਹੈ ਅਊਜ਼ੁ ਬਿੱਲਾਹਿ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮੁ ਅਲੈਕੁਮ ਰਹਿਮਤੁਲਾਹਿ ਵਬਰਕਾਤੁਹੁ ਇਮਤਿਆਜ਼ ਅਲੀ ਸੰਗੀ ਅੱਜ ਨਵੇਂ ਵਿਲਾਗ ਨਾਲ ਹਾਜ਼ਰ ਹੈ ਅਤੇ ਜਨਾਬ ਤੁਹਾਨੂੰ ਅੱਜ ਬੜੀ ਪਿਆਰੀ ਜੀ ਅਤੇ ਬੜੀ ਸੋਹਣੀ ਸੁਥਰੀ ਵੀਡੀਓ ਬਣਾ ਕੇ ਦੇਣੀ ਹੈ ਤੁਸੀਂ ਰਹਿਣਾ ਸਾਡੇ ਨਾਲ ਨਾਲ ਅਤੇ ਅੱਜ ਬੰਦੇ ਵਿਆਹੇ ਬੜੇ ਜਿਹੜੇ ਨੇ ਨਾ ਉਹ ਛੜਿਆਂ ਵਾਲੀਆਂ ਹਰਕਤਾਂ ਕਰਨ ਲੱਗੇ ਤੇ ਅੱਜ ਛੜਿਆਂ ਦੀ ਹਾਂਡੀ ਵੇਖਦੇ ਹਾਂ ਕਿ ਮਸਾਲਾ ਬਹੁਤਾ ਪੈਂਦਾ ਹੈ ਮਿਰਚਾਂ ਬਹੁਤੀਆਂ ਪੈਂਦੀਆਂ ਨੇ ਕੋਈ ਸੀ ਕਰੇਗਾ ਕੋਈ ਪੀ ਕਰੇਗਾ ਠੀਕ ਹੈ ਜੀ ਅਤੇ ਮੈਂ ਵੀ ਨਾਲ ਨਾਲ ਚਲੋ ਮੈਂ ਵੀ ਆਪਣੇ ਫੰਡ ਦਾ ਮੁਜ਼ਾਹਰਾ ਕਰਾਂਗਾ ਹੋਰ ਨਾ ਕੋਈ ਲੱਭਾ ਮੈਨੂੰ ਤਾਂ ਚੁੱਲ੍ਹਾ 'ਤੇ ਬਣਾਵਾਂਗਾ ਨਾ ਠੀਕ ਹੈ ਜੀ ਚੁੱਲ੍ਹਾ ਯਾਨੀ ਕਿ ਇੱਟਾਂ ਸ਼ੀਟਾਂ ਰੱਖਾਂਗੇ ਅਤੇ ਅਸੀਂ ਆਪਣੇ ਗਾਰਡਨ 'ਚ ਆਪਣੇ ਕੰਮ 'ਤੇ ਹਾਂ ਯਾਨੀ ਕਿ ਆਪਣੀ ਨਰਸਰੀ 'ਚ ਹਾਂ ਅਤੇ ਆਏ ਸਨ ਆਪਣੇ ਦੋਸਤ ਤੁਹਾਨੂੰ ਉਹਨਾਂ ਤੋਂ ਮੁਤਾਰਫ ਕਰਵਾਉਂਦੇ ਹਾਂ ਉਹਨਾਂ ਦੇ ਨਾਮਾਂ ਤੋਂ ਮੁਤਾਰਫ ਕਰਵਾਉਂਦੇ ਹਾਂ ਅਤੇ ਅੱਜ ਅਸੀਂ ਬਣਾਉਣੀ ਹੈ ਕੁੱਕਰ ਬਿਰਿਆਨੀ ਚਿਕਨ ਬਿਰਿਆਨੀ ਕੁੱਕਰ ਬਿਰਿਆਨੀ ਉਹਨੂੰ ਕਹਿੰਦੇ ਨੇ ਰੈਡੀਮੇਡ ਕੁੱਕਰ ਆ ਬਾਂਗਾਂ ਵਾਲਾ ਨਹੀਂ ਠੀਕ ਹੈ ਨਾ ਉਹ ਬਣਾਉਂਦੇ ਹਾਂ ਅਤੇ ਜਨਾਬ ਖਾਂਦੇ ਹਾਂ ਚੌਲ ਲਿਆਉਂਦੇ ਨੇ ਸੁੱਪਰ ਦੇ ਜਿਸ ਤਰ੍ਹਾਂ ਕਿ ਅਸੀਂ ਆਪਣੇ ਇਲਾਕੇ ਦੇ ਚੌਲ ਲਏ ਨੇ ਕਿਤੋਂ ਲਾਂਬੂ ਨਹੀਂ ਲਏ ਸਾਡੇ ਇਲਾਕੇ ਦੇ ਚੌਲ ਬੜੇ ਮਸ਼ਹੂਰ ਹੁੰਦੇ ਨੇ ਅਤੇ ਖੁਸ਼ਬੂ ਬੜੀ ਪਿਆਰੀ ਇਹਨਾਂ ਦੀ ਆਉਂਦੀ ਹੈ ਠੀਕ ਹੈ ਜੀ ਤੁਸੀਂ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਦਬਾ ਲੈਣਾ ਦੋਸਤਾਂ ਨਾਲ ਸ਼ੇਅਰ ਕਰਨਾ ਅਤੇ ਵੀਡੀਓ ਦਾ ਮਜ਼ਾ ਲੈਣਾ ਅਤੇ ਜੇ ਚੌਲਾਂ 'ਚ ਤੁਹਾਡੇ ਦਾ ਖੁਸ਼ਬੂ ਪਹੁੰਚੀ ਅਤੇ ਕਮੈਂਟ ਵੀ ਕਰਨਾ ਆਓ ਫਿਰ ਮੁਤਾਰਫ ਕਰਵਾਈਏ ਤੁਹਾਨੂੰ ਦੋਸਤਾਂ ਨਾਲ ਲਓ ਜੀ ਪਹਿਲਾਂ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਕਿਆ ਮੇਰਾ ਸਾਹਿਬਜ਼ਾਦਾ ਮੁਹੰਮਦ ਸਾਮਲ ਅਨੋਸ਼ ਅਤੇ ਇਹ ਵੀ ਇੱਕ ਯੂਟਿਊਬਰ ਨੇ ਸਾਡੇ ਇਹ ਜਨਾਬ ਪਿਆਰੇ ਨੇ ਮੁਹੱਬਤ ਵਾਲੇ ਨੇ ਸੇਲ ਭਾਈ ਠੀਕ ਹੈ ਇਹਨਾਂ ਦਾ ਵੀ ਆਪਣਾ ਚੈਨਲ ਹੈ ਇਹ ਆਪਣੇ ਚੈਨਲ ਨੂੰ ਮੈਨਸ਼ਨ ਕਰਨਗੇ ਸਰ ਇਨਸ਼ਾਅੱਲਾ ਮੇਰੇ ਚੈਨਲ ਦੇ ਵਿੱਚ ਅਤੇ ਇਹ ਵੀ ਇੱਕ ਸਾਡੇ ਦੋਸਤ ਨੇ ਪਿਆਰੇ ਕਦੀਰ ਭਾਈ ਠੀਕ ਹੈ ਜੀ ਅਤੇ ਇਹ ਇਹਨਾਂ ਦਾ ਵੀ ਇੱਕ ਚੈਨਲ ਹੈ ਅਤੇ ਚੈਨਲ ਹਾਲੇ ਨਹੀਂ ਆ ਦੱਸਣਾ ਰੋਟੀ ਖਾਂਦਿਆਂ ਦੱਸਾਂਗੇ ਠੀਕ ਹੈ ਜੀ ਰੋਟੀ ਖਾਂਦਿਆਂ ਦੱਸਾਂਗੇ ਨਹੀਂ ਦੱਸਾਂ ਅਤੇ ਉਹ ਭਾਈ ਵੀ ਲੱਸੀ ਪੀ ਰਹੇ ਨੇ ਠੀਕ ਹੈ ਜਨਾਬ ਲੱਸੀ ਵੀ ਘਰੋਂ ਆਈ ਹੈ ਅਤੇ ਇਹ ਵੀ ਭਾਈ ਲੱਸੀ ਪੀ ਰਹੇ ਨੇ ਤੇ ਇਹ ਆਪਣਾ ਨਾਂ ਆਪੇ ਹੀ ਦੱਸਦੇ ਨੇ ਮੈਨੂੰ ਸ਼ਰਮ ਆਉਂਦੀ ਹੈ ਇਹਨਾਂ ਦਾ ਨਾਂ ਦੱਸਦੇ ਕੀ ਨਾਮ ਹੈ ਜੀ ਆਪਣਾ ਜ਼ਾਹਿਦ ਸਾਹਿਬ ਜੀ ਜ਼ਾਹਿਦ ਸਾਹਿਬ ਤੇ ਜੀ ਤੁਸੀਂ ਦੱਸ ਰੋਗੇ ਨਾ ਅਦਨਾਨ ਸਲਹਿਰੀ ਸਾਹਿਬ ਤੇ ਇਹ ਜਨਾਬ ਇਹਨਾਂ ਦੀ ਆਪੋ ਚ ਅਸੀਂ ਇੱਕ ਦੂਜੇ ਦੀ ਕਰਾਂਗੇ ਮਦਦ ਤੇ ਬਣਾਵਾਂਗੇ ਅਸੀਂ ਅੱਜ ਬਿਰਿਆਨੀ ਛੜਿਆਂ ਵਾਲੀ ਜਿਸ ਤਰ੍ਹਾਂ ਕਿ ਇਹ ਵੇਖੋ ਨਾ ਬਾਲਣ ਵੀ ਲੈਣ ਦਿਆ ਗੇਚਕੀ ਵੀ ਘਰੋਂ ਲੈਣ ਦੀ ਟੋਕਰੀ ਵੀ ਲੈਣ ਦੀ ਤੇ ਪਿਆਜ਼ ਵੀ ਕੱਟਣ ਦੇ ਤੇ ਮਟਰ ਹਾਂ ਮਟਰ ਵੀ ਪਾਵਾਂਗੇ ਅਸੀਂ ਮਟਰ ਵੀ ਲਿਆਂਦੇ ਨੇ ਤੇ ਜਨਾਬ ਹੁਣ ਤੁਸੀਂ ਰਹਿਣਾ ਸਾਡੇ ਨਾਲ ਨਾਲ ਤੇ ਅਸੀਂ ਨਾ ਦੌੜ ਕੇ ਜ਼ੁਹਰ ਦੀ ਨਮਾਜ਼ ਪੜ੍ਹੀਏ ਕਿਉਂਕਿ ਆਪਣੇ ਰੱਬ ਨੂੰ ਪਹਿਲਾਂ ਯਾਦ ਕਰਨਾ ਚਾਹੀਦਾ ਓਨੀ ਦੇਰ ਤੱਕ ਭਾਈ ਸਾਡੇ ਜਿਹੜੇ ਨਾ ਥੋੜ੍ਹਾ ਬਹੁਤਾ ਕੰਮ ਨੂੰ ਸਮੇਟਦੇ ਨੇ ਅਤੇ ਅਸੀਂ ਛੇਤੀ ਛੇਤੀ ਨਾਲ ਨਮਾਜ਼ ਜ਼ੁਹਰ ਅਦਾ ਕਰੀਏ ਅਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈੱਲ ਆਈਕੋਨ ਦੇ ਬਟਨ ਦਬਾਓ ਅਤੇ ਸਾਡੇ ਨਾਲ ਨਾਲ ਰਹਿਣਾ ਜੇ ਐਸਾ ਨਾ ਹੋਏ ਕੁੰਗਲੀ ਮਾਰ ਕੇ ਗਾਂ ਤੁਰ ਜਾਓ ਗਾਂ ਨਹੀਂ ਜਾਣਾ ਠੀਕ ਹੈ ਜੀ ਆਓ ਜੀ ਆਓ ਆਓ ਚਲੀਏ ਜਲਦੀ ਜਲਦੀ ਨਮਾਜ਼ ਪੜ੍ਹੀਏ ਅਤੇ ਹੁਣ ਮਸੀਤੇ ਨਹੀਂ ਆਹਾਂ ਜਾ ਕੇ ਕੈਮਰਾ ਮਾਰਨਾ ਲੋਕ ਇਹਦੇ ਨਾ ਮੌਲਵੀ ਬੰਦਾ ਵੀਡੀਓ ਬਣਾਉਂਦਾ ਵੀਡੀਓ ਨੂੰ ਬਦਨਾਮ ਜਿਹਾ ਗਿਣਿਆ ਗਿਆ ਨਮਾਜ਼ ਪੜ੍ਹ ਕੇ ਵਜ਼ੂ ਵਜ਼ੂ ਕਰਕੇ ਨਮਾਜ਼ ਪੜ੍ਹ ਕੇ ਜਾਂਦੇ ਉਨੀ ਦੇਰ ਤੱਕ ਭਾਈ ਕੋਈ ਕੰਮ ਨੂੰ ਚਲਾਉਂਦੇ ਨੇ ਠੀਕ ਹੈ ਜੀ ਲਓ ਬਈ ਪਿਆਰਿਓ ਨਮਾਜ਼ੇ ਜ਼ੁਹਰ ਅਦਾ ਕਰਕੇ ਆ ਗਏ ਤੇ ਆਉਂਦਿਆਂ ਭਾਈ ਕਦੀਰ ਨੇ ਤੇ ਧਮਾਕੇ ਦੇ ਭਮਾਕੇ ਕੱਢ ਮਾਰੇ ਨੇ ਬਾਈ ਅੱਛਾ ਕੁੱਕ ਟੱਕਰਿਆ ਸਾਨੂੰ ਤੇ ਵਾਕਈ ਚੱਲ ਗਿਆ ਜੇ ਬੰਬ ਹੈ ਵੇਖੋ ਕੀ ਬਣਿਆ ਜੀ ਆ ਵੇਖੋ ਤੇ ਸਹੀ ਭਾਈ ਕਦੀਰ ਨੇ ਕੀ ਕੀਤਾ ਬਾਲਣ ਵੀ ਆਹ ਚੰਗਾ ਲਿਆਂਦਾ ਸੀ ਤੇ ਭਾਈ ਕਦੀਰ ਨੇ ਜਨਾਬ ਆ ਵੇਖੋ ਪਿਆਜ਼ ਨੂੰ ਕਰ ਦਿੱਤਾ ਬਰਾਊਨ ਤੇ ਭਾਈ ਕਦੀਰ ਕੀ ਕਰਨ ਲੱਗੇ ਹੁਣ ਆਪਣਾ ਸੇਕ ਦੇਣ ਲੱਗੇ ਅੱਛਾ ਅੱਛਾ ਇਹਦੇ ਚ ਪਾਇਦਾ ਇਹਨਾਂ ਨੇ ਪਾਣੀ
ਤੇ ਪਾਣੀ ਨਾਲ ਜ਼ਰਾ ਹੋਰ ਬਰਾਊਨ ਹੋ ਜਾਏਗਾ, ਅੱਗੇ ਨਿਰੇ ਘਿਓ ਹੀ ਜੀ। ਹਾਂਜੀ ਇਹ ਕਲਰ ਛੱਡੇਗਾ, ਕਲਰ ਛੱਡੇਗਾ, ਵਾਪੇ ਵਾ ਚੌਲਾਂ ਦੀ ਕਲਰ ਹੋਏਗਾ। ਇਸ ਲਈ ਇੱਕ ਹੋਰ ਚੀਜ਼ ਇਹ ਹੈ, ਵਿਆਹ ਸ਼ਾਦੀ ਖਤਮ ਜਾਂ ਫੌਤਗੀ, ਖਾਣਾ ਪਕਵਾਉਣਾ ਹੋਏ ਨੰਬਰ ਹੋਣਾ ਬੇਚਤਾ। ਨਹੀਂ ਜੀ ਨਹੀਂ, ਇਹ ਸਾਡੇ ਪਰਾਹੁਣੇ ਨੇ ਨਾ ਨਾ ਇੰਜ ਨਹੀਂ ਕਰਨਾ ਜੀ, ਇੰਜ ਨਹੀਂ ਕਰਨਾ। ਮੇਰੇ ਨੰਬਰ ਦਿੱਤਾ ਉਹਨਾਂ ਨੇ, ਵਾਕਈ ਕੋਕ ਨੇ ਤੁਸੀਂ ਹਲਕੇ ਚ ਲੈਣ ਦੇ, ਬਾਕੀ ਕੋਕੋ ਭਾਈ ਜੀ ਨੇ, ਯਾਨੀ ਕਿ ਤੁਸੀਂ ਯਾਨੀ ਕਿ ਕਮਾਈ ਵਾਲਾ ਮਾਮਲਾ ਹੈ। ਲਓ ਜੀ ਫਿਰ ਆਪਣਾ ਨੰਬਰ ਮੈਨਸ਼ਨ ਕਰ ਦਿਓ ਸਾਡੇ ਵੀ, ਨੰਬਰ ਬੋਲਿਓ ਜੀ ਇੰਗਲਿਸ਼ ਪੰਜਾਬੀ, ਪੰਜਾਬੀ ਜੀ ਬੋਲ ਦਿਓ ਕੋਈ ਗੱਲ, ਦੱਸਿਓ 0300 ਲਿਖ ਲਿਓ ਜੀ, ਲਿਖ ਲਿਓ 98 21 850 ਤੇ ਨਾਮ ਹੈ ਕਦੀਰ, ਕਦੀਰ ਤੇ ਇਹ ਲਾਗੇ ਚਾਗੇ ਮਾਤੋਂ ਨਾ ਇੱਕ ਸਾਊਥ ਕੋਟ ਜਿਹਾ ਸਾਨੂੰ ਬੁਲਾ ਲਓ, ਲਾਗੇ ਚਾਗੇ ਇਹ ਜ਼ਿਲ੍ਹਾ ਨਾਰੋਵਾਲ ਦੇ ਲਾਗੇ ਚਾਗੇ, ਤੇ ਵਾਹਵਾ ਰੋਟੀ ਪਕਾਣੀ ਉਹਦੇ, ਫੇਰ ਇਹ ਨਾ ਕਿਉਂਕਿ ਪੰਜਾਂ ਬੰਦਿਆਂ ਦੀ ਪਕਾਣੀ ਤੇ ਆ ਜਾ, ਓਨਾ ਹੀ ਤੇਲ ਲੱਗ ਜਾ ਸਾਡਾ, ਠੀਕ ਹੈ ਦੋਸਤ। ਅਦਨਾਨ ਭਾਈ ਨੇ ਮੈਨੂੰ ਲੱਗਦਾ ਕਚਰ ਮਚਰ ਕਰ ਦਿੱਤਾ, ਸਾਡੇ ਨਮਾਜ਼ ਪੜ੍ਹਦੇ ਪੜ੍ਹਦੇ ਉਹਨਾਂ ਨੇ ਕਰ ਦਿੱਤਾ। ਯਾਰ ਅਸੀਂ ਸਾਰੇ ਹੀ ਬੜੇ ਪਿਆਰੇ ਹਾਂ ਤੇ ਬੜੇ ਚੰਗੇ ਹਾਂ, ਇੱਕ ਦੂਜੇ ਦੀ ਹੈਲਪ ਕਰਦੇ ਹਾਂ, ਹੁਣ ਮੇਰੇ ਹਿੱਸੇ ਪਤਾ ਨੀ ਕਿਹੜਾ ਕੰਮ ਆਉਣਾ, ਭਾਵੇਂ ਆਖਿਰ ਖਾਣ ਦਾ ਹੀ ਤੇਰੇ ਹਿੱਸੇ ਕੰਮ ਆਏ। ਨਹੀਂ ਨਹੀਂ ਇਸ ਤਰ੍ਹਾਂ ਤਾਂ ਨਹੀਂ ਨਾ ਕਰਨਾ ਚਾਹੀਦਾ, ਇਹ ਮਿਰਚਾਂ ਵੀ ਕੱਟ ਲਈਆਂ ਨੇ, ਅਦਰਕ ਵੀ ਕੱਟ ਲਿਆ ਤੇ ਜਨਾਬ ਪਿਆਜ਼ ਵੀ ਕੱਟ ਲਿਆ ਤੇ ਪਿਆਜ਼ ਤੇ ਉਹਦੇ ਵਿੱਚ ਹੈ, ਉਹਦੇ ਵਿੱਚ ਇਹ ਮਿਰਚਾਂ ਅਦਰਕ ਤੇ ਟਮਾਟਰ ਇਹ ਅਸਾਂ ਲਿਆਂਦਾ ਸੀ, ਤੇ ਇਹ ਵੀ ਅਸਾਂ ਇਹਦੇ ਚ ਪਾ ਦਿੱਤਾ। 2 ਕਿਲੋ ਚਾਵਲ ਲਿਆਂਦੇ ਨੇ ਸੁੱਪਰ ਦੇ, ਉਹ ਵੀ ਤੁਹਾਨੂੰ ਵਿਖਾਈ, ਮਟਰ ਕੀੜੇ ਕੀੜਲੇ ਜੀ, ਮਟਰ ਵੀ ਵਾਪੇ ਵਾ, ਮਟਰ ਵੀ ਕੀੜਲੇ ਤੇ ਆ ਅੱਬੂ ਜੀ ਵੀ ਦੇ ਜੇ ਖਾਣ ਵੇਖੋ, ਹਾਂਜੀ ਵਾਹ ਮਜ਼ੇਦਾਰ ਹੈ, ਕਿਉਂ ਬਾਈ ਸਾਂਵਲ ਕਿਆ ਬਾਤ ਹੈ, ਪ੍ਰਾਹੁਣੇ ਅੱਜ ਆਏ ਨੇ ਤੁਸੀਂ ਤੇ ਬਈ ਮੌਜਾਂ 'ਚ ਲੱਗੇ ਹੋ, ਹੈਂ ਕਮਾਲ ਨਹੀਂ ਅੱਜ ਹੋ ਗਿਆ। ਇਹ ਜੀ ਮਟਰ ਨੇ ਮਾਸ਼ਾਅੱਲਾ, ਤੇ ਮਟਰ ਬੇਬਹਾਰੇ ਨੇ, ਬੇਮੌਸਮੇ, ਇਹ ਤਾਂ ਹੀ ਥੋੜੇ ਥੋੜੇ ਵਾਈਟ ਹੋਏ ਨੇ, ਚਿੱਟੇ ਹੋਏ ਨੇ, ਤੇ ਆਹ ਸੁੱਪਰ ਦੇ ਚੌਲ ਵੀ ਅਸੀਂ ਲਿਆਂਦੇ ਨੇ, ਤੇ ਸੁੱਪਰ ਦੇ ਸਾਡੇ ਇਲਾਕੇ ਦੇ ਚੌਲ ਜਿਹੜੇ ਨੇ ਬੜੇ ਖੁਸ਼ਬੂਦਾਰ ਤੇ ਬੜੇ ਮਜ਼ੇਦਾਰ ਹੁੰਦੇ ਨੇ, ਜੇ ਤੁਸੀਂ ਖਾਣੇ ਹੋਣ ਤੇ ਦੱਸਿਓ। ਆਹ ਹਾਂ ਇੱਕ ਛੋਟਾ ਜਿਹਾ ਪੈਕਟ ਲਿਆਂਦਾ, ਸਵਾਦ ਵਾਸਤੇ ਮੇਦੇ ਦੇ ਮਰੀਜ਼ ਆ, ਤੇ ਥੋੜਾ ਹੀ ਪਾਵਾਂਗੇ, ਯਾਨੀ ਕਿ ਇੰਨਾ ਕੀ ਪਾਵਾਂਗੇ, ਠੀਕ ਹੈ ਦੋਸਤੋ। ਬਾਕੀ ਮਾਮਲਾ ਜ਼ਰੂਰਤ ਪੈ ਜਾਏਗੀ ਜੀ, ਕਿਉਂ ਜੀ ਮਸਾਲੇ ਦੀ, ਅਚਾਰ ਵੀ ਲਿਆਂਦਾ 100 ਗ੍ਰਾਮ ਖੁਸ਼ਬੂ ਵਾਸਤੇ ਹੁੰਦਾ, ਠੀਕ ਹੋ ਗਿਆ। ਤੇ ਇਹ ਅਸੀਂ 100 ਗ੍ਰਾਮ ਅਚਾਰ ਵੀ ਲਿਆਂਦਾ, ਇਹ ਵੀ ਚੱਲ ਜਾਏਗਾ ਵਿੱਚ, ਵਾਪੇ ਵਾ। ਤੇ ਇਹ ਨਿੰਬੂ ਵੀ ਲਿਆਂਦੇ ਨੇ, ਵਾਪੇ ਵਾ। ਤੇ ਇਹ ਕਲਵੰਜੀ ਵੀ ਲਿਆਂਦੀ ਜੀ, ਕਲਵੰਜੀ ਜਿਹੜਾ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਰਸ਼ਾਦ ਫਰਮਾਇਆ, ਹਾਂਜੀ ਅੱਛਾ ਜੀ। ਇਹ ਜੀ ਗੱਲ ਇਸ ਤਰ੍ਹਾਂ ਕਿ ਭਾਈ ਸਹੇਲ, ਇਹਦੇ ਮਤਲਬ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਹੈ ਕਿ ਕਲਵੰਜੀ ਖਾਇਆ ਕਰੋ, ਤੁਹਾਡੀ ਉਮਰ ਵਧੇਗੀ, ਤੁਸੀਂ ਸਿਹਤਮੰਦ ਰਹੋਗੇ। ਕਲਵੰਜੀ ਸੁਬਾ ਨਰਨੇ ਪੇਟ 2-4 ਦਾਣੇ ਖਾ ਲਓ ਤੇ ਕਿਆ ਕਮਾਲ ਸਿਹਤ ਬਣੇਗੀ ਤੁਹਾਡੀ, ਬਿਮਾਰੀਆਂ ਕਾਫੀ ਤੁਸੀਂ ਬਚੋਗੇ। ਜਿਹੜੀ ਸਭ ਤੋਂ ਵੱਡੀ ਬਿਮਾਰੀ ਕਿਹੜੀ ਹੈ, ਆਹ ਜਿਹੜੀ ਬੰਦਿਆਂ ਨੂੰ ਉਹ ਨਹੀਂ ਹੋ ਜਾਂਦੀ ਕਬਜ਼, ਉਹਦੇ ਵਾਸਤੇ ਬੜੀ ਅੱਛੀ ਹੈ ਮਹੀਨੇ ਨੇ ਜੀ। ਚਲੋ ਜੀ ਮਿਲ ਲੈਣੇ, ਦੇਖ ਪਕੜ ਲਈ ਹੈ ਜੀ, ਮਿਲਣੇ ਨੇ ਚੌਲ 2 ਕਿਲੋ ਤੋਲੇ ਨੇ ਜੀ, ਲਓ ਕਦੀਰ ਲੈਂਦੀ ਹੈ ਤੇ ਹੁਣ ਅਸੀਂ ਖਾ ਕੇ ਵੇਖਾਂਗੇ ਜੀ ਕੀ ਕੀਤਾ ਇਹਨੇ। ਹੈ ਆਹੋ ਜੀ ਕਿਆ ਬਾਤ
ਕਿਸੇ ਦਿਨ ਫੇਰ ਰੱਖ ਲੈਣੇ ਆ ਪੋਰਟ ਕਲੇਜੀ ਕਿਉਂ ਜੀ ਬਿਲਕੁਲ ਜੀ ਬਿਲਕੁਲ ਛਾਪੜ ਚ ਪਾਣੀ ਪਾ ਕੇ ਇੰਜਨ ਕਰਕੇ ਧੋਲੋ ਠੀਕ ਹੋ ਗਏ ਧੁੱਪ ਗਏ ਨੇ ਮੋਟਰ ਕਮਾਲ ਹੋ ਗਏ ਵਾਹ ਤੇ ਬਿਲਕੁਲ ਕਲੀਨ ਹੋ ਗਏ ਨੇ ਕਲੀਨ ਹੋ ਗਏ ਅੱਠ ਗਲਾਸ ਜੀ ਉਧਰ ਗੋਸ਼ਤ ਪੈਣ ਲਗਾ ਜੀ ਚਲੋ ਜੀ ਹਾਂਜੀ ਕਦੀਰ ਸਿੰਘ ਮਾਜ਼ਰਤ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਪੂਰਾ ਕਦੀਰ ਸਿੰਘ ਦੀ ਰੈਸਪੀ ਤੁਹਾਨੂੰ ਦਿਖਾਉਣ ਤੇ ਦੱਸਿਓ ਨਾਲੇ ਸਾਨੂੰ ਕਿ ਵੀਡੀਓ ਕੈਸੀ ਲੱਗੀ ਆ ਤੇ ਕੈਸਾ ਕੁੱਕ ਆ ਕੈਸੀ ਰੈਸਪੀ ਬਣਾਉਂਦਾ ਇਹ ਵੀ ਸ਼ੇਅਰ ਇਹ ਵੀ ਮੈਂਸ਼ਨ ਕਰਨਾ ਕਮੈਂਟ ਚ ਕਿਉਂ ਜੀ ਜਨਾਬ ਕੁੱਕ ਬਿਮਾਰ ਹੋ ਜਾਏਗਾ ਅੱਗੋਂ ਵੀ ਰੋਟੀ ਖਾਣੀ ਆ ਲੋ ਜੀ ਜ਼ਾਹਿਦ ਭਾਈ ਵੀ ਮਦਦ ਕਰ ਰਹੇ ਨੇ ਬੈਠੇ ਬੈਠੇ ਹਾਲਾਂਕਿ ਇਹਨਾਂ ਦਾ ਪੇਸ਼ਾ ਨਹੀਂ ਪਰ ਇਹ ਵੀ ਜਨਾਬ ਘੱਟ ਰਹੇ ਨੇ ਆਪਣੇ ਫੰਡ ਦਾ ਮੁਜ਼ਾਰਾ ਕਰ ਰਹੇ ਨੇ ਤੇ ਹੁਣ ਮੈਂ ਚੱਲਣਾ ਤੇ ਟੂਟੀ ਤੇ ਚੱਲੀਏ ਤੇ ਚੱਲ ਕੇ ਇਹਨਾਂ ਚਾਵਲਾਂ ਨੂੰ ਧੋ ਲਿਆਈਏ ਆਓ ਫਿਰ ਚੱਲੀਏ ਧੋ ਲੈਣੇ ਬਰਤਨ ਲਓ ਜੀ ਸਾਵਲ ਨੂਸ਼ ਵੀ ਆਪਣਾ ਹਿੱਸਾ ਪਾਈ ਜਾ ਰਿਹਾ ਵੇ ਲਓ ਵੀ ਬਰਤਨ ਮੈਂ ਆਪਣੇ ਘਰ ਵਾਲਿਆਂ ਨੂੰ ਵੇਖਿਆ ਧੋਂਦਿਆਂ ਇੰਜ ਇੰਜ ਕਰਕੇ ਨਾ ਇੰਜ ਇੰਜ ਚੌਲ ਨੂੰ ਪਹਿਲਾਂ ਬਿਠਾ ਲੈਂਦੇ ਨੇ ਅਤੇ ਫਿਰ ਥੋੜ੍ਹਾ ਜਿਹਾ ਇੰਜ ਕਰਦੇ ਨੇ ਅਤੇ ਫਿਰ ਥੋੜ੍ਹਾ ਇੰਜ ਕਰਦੇ ਨੇ ਯਾਨੀ ਕਿ ਇਹਨਾਂ ਦਾ ਪਾਊਡਰ ਵਗੈਰਾ ਜਿਹੜਾ ਨਾ ਕੋਈ ਦਵਾਈ ਸਵਾਈ ਲੱਗੀ ਹੋਏ ਕੋਈ ਜਰਾਸੀਮ ਲੱਗਾ ਹੋਏ ਤਾਂ ਉਹ ਸਾਫ ਕਰ ਦਿੰਦੇ ਨੇ ਘਰ ਵਾਲੇ ਅਤੇ ਅਸੀਂ ਅੱਜ ਇੰਜ ਕਰਨੇ ਹਾਂ ਦੂਸਰਾ ਪਾਣੀ ਜੀ ਹਾਂਜੀ ਦੂਸਰਾ ਪਾਣੀ ਜੀ ਇੱਕ ਤਾਂ ਹੋਰ ਕੱਢ ਲੈਣੇ ਚਾਵਲ ਨੇ ਪੁਰਾਣੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਕੁਝ ਕੋਈ ਲੱਗਿਆ ਕੁਝ ਕੁਛ ਚੀਜ਼ ਉਹੋ ਜਿਹੀ ਲੱਗੀ ਹੈ ਕੋਈ ਮਵਾਦ ਵਗੈਰਾ ਮਸ਼ੀਨ ਵਾਸਤੇ ਉਹ ਜ਼ਰਾ ਨਿਕਲ ਜਾਏ ਜਿਹੜੀ ਦਫ਼ਾ ਪਾਣੀ ਲਿਆ ਪਾ ਚਾਵਲਾਂ 'ਚ ਅਤੇ ਜਿੰਨੀ ਦੇਰ ਤੱਕ ਸਾਡਾ ਗੋਸ਼ਤ ਉੱਧਰ ਪੱਕਦਾ ਨਾ ਉਨੀ ਦੇਰ ਤੱਕ ਚਾਵਲ ਥੋੜ੍ਹੇ ਜਿਹੇ ਜਿਹੜੇ ਨਾ ਪਾਣੀ ਜ਼ਰਾ ਕੰਮ ਲੈਣਗੇ ਅਤੇ ਪਾਣੀ ਪਾ ਕੇ ਲੈ ਚੱਲਦੇ ਹਾਂ ਗੋਸ਼ਤ ਮਟਰ ਪੱਕ ਗਿਆ ਵਾਹ ਲੂਣ ਛੂਣ ਚੈੱਕ ਕਰ ਲਿਆ ਜੇ ਦੇਰ ਭਾਈ ਇਹ 2 ਕਿਲੋ ਚਾਵਲਾਂ 'ਚ ਕਿੰਨਾ ਪਾਣੀ ਪਾਉਣਾ ਹਾਂ ਇਹ ਪਾਉਣਾ ਜੀ 12 ਗਲਾਸ 12 ਗਲਾਸ ਪਾਣੀ ਪਾਉਣਾ ਯਾਨੀ ਕਿ 2 ਕਿਲੋ ਚਾਵਲਾਂ 'ਚ ਇਹ ਵਾਲੇ 12 ਗਲਾਸ ਇਹ ਡੇਢ ਪੌਦਾ ਗਲਾਸ ਹੋਣਾ ਤਕਰੀਬਨ ਹਾਂਜੀ ਡੇਢ ਪੌਦਾ ਪਾਉਣਾ ਪਾਉਣਾ
ਪਾਣੀ ਦਾ ਵਜ਼ਨ ਕਿੰਨਾ ਹੋਣਾ ਚਾਹੀਦਾ? ਡਬਲ ਚੌਲ ਪੁਰਾਣੇ ਨੇ ਨਾ? ਪੁਰਾਣੇ ਠੀਕ ਹੈ ਹਾਂਜੀ, ਤੇ ਘੱਟ ਪਾਣੀ ਪੀਂਦੇ। ਅੱਛਾ ਅੱਛਾ ਅੱਛਾ, ਨਵੇਂ ਚੌਲ ਜਿਹੜੇ ਬਹੁਤਾ ਪਾਣੀ ਪੀਂਦੇ। ਬਿਲਕੁਲ ਸਹੀ। ਘੜੂ ਗਰਾੜੀ ਸੈਟ ਪਵਾਉਣ ਆਇਆ ਪੜ ਲਿਆ ਜਾਈ ਨਹੀਂ, ਤੁਹਾਡੇ ਵੱਲੋਂ ਦੱਸਦੇ ਹਨ ਕਿ ਬੜੇ ਅੱਛੇ ਦੋਸਤ ਨੇ ਦੋਨੋਂ, ਸਭ ਕੁਛ ਕਾਰੀਗਰ ਵੀ ਨੇ ਤੇ ਦੋਸਤਾਂ ਨਾਲ ਤੱਲੇ ਵੀ ਨੇ, ਇਕੱਠੇ ਦਿਲ ਰਲੇ ਨੇ। ਲਓ ਵੀਵਰਸ, ਬਰਤਨ ਪੈ ਗਿਆ ਸਾਡਾ ਛੋਟਾ, ਤੇ ਘਰੋਂ ਫਿਰ ਜਾ ਕੇ ਵੱਡਾ ਵਿਦੇਸ਼ਕਾ ਲੈ ਕੇ ਆਇਆ ਵਾ ਮੈਂ, ਤੇ ਇਹਦੇ ਵਿੱਚ ਹੁਣ ਸਾਡੇ ਜਨਾਬ ਭਾਈ ਉਲਟਾਣਗੇ। ਗੋਸ਼ਤ ਗਿਆ ਪੱਕ, ਮਟਰ ਗੋਸ਼ਤ ਤੇ ਸਾਲਨ ਤੇ ਤਕਰੀਬਨ ਪੱਕ ਹੀ ਗਿਆ ਜਨਾਬ, ਸਾਲਨ ਪੱਕ ਗਿਆ, ਹੁਣ ਇਹ ਚ ਪਾਵਾਂਗੇ ਚਾਵਲ ਕਿਉਂਕਿ ਬਰਤਨ ਸਾਡਾ ਛੋਟਾ ਪੈ ਗਿਆ ਸੀ। ਗੜਕ ਲੱਗ ਗਈ ਅਸਲ ਗਰਮ ਉਧਰੋਂ ਵੀ, ਇੰਤਜ਼ਾਰ ਕਰਨਾ। ਅੱਛਾ ਜੀ, ਲਓ ਜੀ ਖਾਣਾ ਰੈਡੀ ਹੋ ਚੱਲਾ ਤੇ ਆਵਾਮ ਵੀ ਰੈਡੀ ਆ, ਦੇਖੋ ਕਿਉਂ ਜੀ। ਹਾਂਜੀ ਬਿਲਕੁਲ ਜੀ, ਭੁੱਖ ਲੱਗੀ ਹੈ ਜੀ, ਬਿਲਕੁਲ ਭੁੱਖ ਲੱਗੀ ਹੈ, ਤੇ ਖੁਸ਼ਬੂ ਵੀ ਮਜ਼ੇ ਮਜ਼ੇ ਆ ਰਹੀ ਹੈ ਥੋੜੀ ਥੋੜੀ, ਤੇ ਦਿਲ ਕਰਦਾ ਪਿਆ ਕਿ ਕੱਚੇ ਕੁਚੇ ਖਾ ਖੂ ਲਈਏ, ਪਰ ਨਹੀਂ ਇਨਸਾਨੀਅਤ ਦਾ ਤਕਾਜ਼ਾ ਤੇ ਨਹੀਂ ਨਾ ਇਹ। ਹਾਂਜੀ, ਤੇ ਹੁਣ ਜਗ੍ਹਾ ਤੁਸੀਂ ਹੁਣ ਸਿਲੈਕਸ਼ਨ ਕਰਨੀ ਹੈ ਕਿ ਚਟਾਈ ਕਿੱਥੇ ਪਾਣੀ ਹੈ, ਕੀ ਕਰਨਾ ਹੈ? ਮੰਜੀ ਚੋਕਣੇ ਦੇ ਜੀ, ਚਟਾਈ ਸਿੱਧੀ ਕਰ ਲਾਂਗੇ, ਇੱਥੇ ਹੀ ਇੱਥੇ ਚਟਾਈ ਬਿਹਤਰੀਨ ਕੰਮ ਹੈ। ਲਓ ਜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸੀਂ ਹੁਣ ਖਾਂਦੇ ਆ ਵੀ, ਚਾਰ ਵੀ ਹੈ ਅਸੀਂ ਵਿੱਚ ਉਸ ਹਿਸਾਬ ਨਾਲ ਲੂਣ ਹਲਾਈ, ਬਾਅਦ ਚ ਉਹੀ ਨਾ ਆਏਗਾ ਅਸੀਂ ਕੁੰਡੀ ਹਿਲਾਉਂਦੇ ਫਿਰੀਏ ਵਾਸ਼ਰੂਮ ਦੀ। ਚੈੱਕ ਕਰਾਂ ਹਾਂ ਲੂਣ ਭਲਾ, ਲੂਣ ਪਿੱਛੋਂ ਹੀ ਅਗਲਿਆਂ ਗੌਰਮੈਂਟ ਨੇ ਨਹੀਂ ਪਾਸ ਕੀਤਾ, ਤੂੰ ਕੀ ਕਰਨਾ? ਮੈਂ ਕਿਹਾ ਚੈੱਕ ਕਰ ਲਈ ਨਾ ਜੀ, ਚੱਲ ਕਰ ਤਲੀ ਜਿਹੜਾ ਲੂਣ ਦੇ ਇਹਨੂੰ ਚੈੱਕ ਕਰ, ਐਡੀ ਵੀ ਨਹੀਂ ਗਰਮ ਤੇ ਵਿੱਚ ਹੱਥ ਲਵਾ ਨਹੀਂ ਗਰਮ ਦੇ। ਹਾਂ ਠੀਕ ਹੈ, ਚੈੱਕ ਉਹਨੇ ਕੀਤਾ ਤੇ ਕਹਿਣ ਉਹ ਡਿਆ ਠੀਕ ਹੈ। ਵਾਹ ਜੀ ਵਾਹ, ਆ ਹੁਣ ਦੱਸ ਠੀਕ ਹੈ, ਅੱਗੇ ਵੀ ਮਸਾਲੇ ਦੇ ਟਾਇਰ ਨੇ ਕਮਾਲ ਕਰ ਦਿੱਤਾ ਜੀ, ਕਮਾਲ ਕਰ ਦਿੱਤਾ ਮਾਸ਼ਾਅੱਲਾ, ਵਾਹ ਕਿਆ ਬਾਤ ਹੈ ਯਾਰ, ਬੂਟੀਆਂ ਤੇ ਤਰਕੇ ਉੱਤੇ ਆ ਗਈਆਂ ਨੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਦਬਾ ਦਿਓ, ਤੇ ਜਿਹੜਾ ਕਰ ਲਿਆ ਦਾ ਉਹ ਕਮੈਂਟ ਕਰਕੇ। ਇਹ ਦੋਸਤੋ ਨਿੰਬੂ ਹੈ, ਇਹ ਬੂਟੀਆਂ ਨੇ, ਇਹ ਜਨਾਬ ਮਟਰ ਹੈ, ਤੇ ਇਹਦੇ ਵਿੱਚ ਹੀ ਅਚਾਰ ਵੀ ਹੈ, ਸਭ ਕੁਛ ਚੌਲ ਛੋਲ ਵਿੱਚ ਹੀ ਹੈ, ਤੇ ਇਸ ਬੰਦੇ ਨੂੰ ਤੁਸੀਂ ਵੈਲਕਮ ਕਹੋ ਤੇ ਖੁਸ਼ ਆਮਦੀਦ ਕਹੋ। ਹਾਏ ਹਾਏ ਹਾਏ, ਦਿਲ ਅਫਜ਼ਾਈ ਕਰਨੀ ਹੈ ਜੀ, ਤੇ ਇਹ ਜਨਾਬ ਸਾਰੇ ਮੇਲਾ ਲੱਗਾ ਹੋਇਆ, ਅਸੀਂ ਸਾਰੇ ਦੋਸਤ ਬੈਠੇ ਹਾਂ, ਖਲੋਤੇ ਹਾਂ, ਲੇਟੇ ਹਾਂ, ਘੁੰਮ ਫਿਰ ਰਹੇ ਹਾਂ ਜਨਾਬ, ਮਜ਼ੇ ਲੈ ਰਹੇ ਹਾਂ, ਠੀਕ ਹੈ। ਇਹ ਬੰਦੇ ਨੂੰ ਭੁੱਖ ਬਹੁਤੀ ਲੱਗੀ ਹੈ ਜਨਾਬ, ਕੰਪਲੀਟ ਤੇ ਰਾਤੀ ਹੋਈ, ਅਸੀਂ ਤੁਹਾਡੇ ਨਾਲ ਨਾਲ ਹਾਂ, ਤੇ ਹੁਣ ਅਸੀਂ ਨਾ ਕੋਸ਼ਿਸ਼ ਕਰਨੀ ਹੈ ਕਿ ਅਰਬੀ ਤਰੀਕੇ ਨਾਲ ਖਾਣਾ ਖਾਣ ਦੀ, ਉਹ ਜਿਵੇਂ ਥੱਲੇ ਚਟਾਈ ਤੇ ਪਾ ਕੇ ਨੀ ਖਾਈਦਾ, ਉਵੇਂ ਖਾਵਾਂਗੇ ਤੁਸੀਂ ਰਹਿਣਾ ਹੁਣ ਸਾਡੇ ਨਾਲ ਨਾਲ ਜਨਾਬ, ਠੀਕ ਹੈ ਜਨਾਬ। ਇਹ ਮਾਹੌਲ ਹੈ ਸਾਡਾ, ਤੇ ਮੈਂ ਆਪਣੇ ਫਾਰਮ ਤੇ ਪੌਦਿਆਂ ਦੀ ਛਾਂ ਚ ਜਨਾਬ ਇਹ ਜੰਗਲ ਦਾ ਮਾਹੌਲ ਪੇਸ਼ ਕਰਨ ਡਿਆ ਤੁਹਾਡੇ ਸਾਹਮਣੇ।
ਬਾਜੀ ਤੁਸੀਂ ਸਾਹਮਣੇ ਦੇ ਥੋੜੇ ਥੋੜੇ ਆਉਣਾ ਪਹਿਲੇ ਮਿਕਸ ਪੀ ਲੈ ਕੇ ਕਰ ਲਓ ਕਦੀ ਪਲੇਟਾਂ ਦੀ ਜੋੜ ਨਹੀਂ ਕਰਦੇ ਹਾਂਜੀ ਹਾਂਜੀ ਨਿਜ਼ਾਮ ਕੈਸਾ ਹੋਣਾ ਇੰਜੋਏ ਕੀਤਾ ਅੱਜ ਇੰਜੋਏ ਹੋ ਰਿਹਾ ਲੇ ਇਹੋ ਜੇ ਕੰਮ ਉਮੜ ਕਦੀ ਕਦੀ ਹੁੰਦੇ ਨੇ ਇੰਜੋਏ ਕਰਦੇ ਪਾਣੀ ਲੱਗ ਗਿਆ ਮੂੰਹ ਚ ਪਾਣੀ ਸਭ ਟੁੱਟਣ ਦੇ ਆ ਸਬਰ ਹੱਦ ਮੁੱਕਣ ਦੀ ਆ ਹੱਦ ਮੁੱਕ ਗਈ ਤੇ ਪਰਨਾ ਲੈ ਆਓ ਫਿਰ ਪਾ ਲਈਏ ਕਦੀ ਤੈਨੂੰ ਚਲੋ ਬੜਾ ਬਾਅਦ ਫੇਰ ਲੈ ਲਿਓ ਜੀ ਦੂਸਰੀ ਵਾਰੀ ਫਿਰ ਪਾ ਲਾਂਗੇ ਲਓ ਬਈ ਦੋਸਤੋ ਖਾਣਾ ਖਾਣੇ ਆ ਤੇ ਖੁਸ਼ਬੂ ਬੜੀ ਪਿਆਰੀ ਆ ਹੁਣ ਵੇਖਣਾ ਕੀ ਟੇਸਟ ਆ ਬਿਸਮਿਲਲਾਹਿਰ ਰਹਿਮਾਨ ਰਹੀਮ ਮੈਨੂੰ ਤੇ ਬੜਾ ਮਜ਼ਾ ਆਇਆ ਜੇ ਜਰਾ ਹੁਣ ਸਾਡੇ ਵੀਵਰ ਨੂੰ ਦੱਸਿਓ ਉਧਰ ਕੇ ਵਾਵਾ ਮਜ਼ਾ ਹੈ ਪਿਕਚਰ ਲਈ ਯਾਰ ਕਿਆ ਕਮਾਲ ਹੈ ਉਧਰ ਨੂੰ ਕਰ ਦੋ ਐਂ ਇੱਕ ਵਾਰੀ ਕਰ ਦੋ ਯਾਰ ਹੁਣ ਚਲੋ ਹੁਣ ਆ ਜਾ ਚਲ ਆ ਜਾ ਹੁਣ ਆ ਜਾ ਰੇੜੀ ਵੀ ਥੋੜੀ ਜਿਹੀ ਸੁੱਕੀ ਦੇਖੋ ਸਾਡੇ ਅੱਗੇ ਇੱਧਰ ਹੀ ਸੁੱਟ ਦਿਓ ਸਾਡੇ ਅੱਗੇ ਹੀ ਉਹ ਅੱਜ ਸੁੱਟਣ ਲੱਗਿਆ ਇੱਥੇ ਸਾਡੇ ਅੱਗੇ ਸੁੱਟਣ ਭਲਾ ਲਓ ਬਾਈ ਸੱਜਣੋ ਬੇਲੀਓ ਦੋਸਤੋ ਮਾਓ ਭੈਣੋ ਤੇ ਬਜ਼ੁਰਗੋ ਖਾਣਾ ਹੀ ਬੜੇ ਹੀ ਪਿਆਰ ਨਾਲ ਤੇ ਬੜੇ ਸੋਹਣੇ ਤਰੀਕੇ ਨਾਲ ਤੇ ਸਵਾਦ ਲਾ ਲਾ ਕੇ ਖਾਧਾ ਬੜਾ ਹੀ ਸਵਾਦੀ ਖਾਣਾ ਬਣਿਆ ਸੀ ਸਾਡਾ ਖਾਣਾ ਬਣਾਉਣ ਵਾਲੇ ਬੰਦੇ ਨੂੰ ਹਯਾਤੀ ਲੰਮੀ ਚੌੜੀ ਦੇ ਤੇ ਖਾਣ ਵਾਲਿਆਂ ਵਾਸਤੇ ਵੀ ਬਰਕਤ ਬਣਾਏ ਤੁਸੀਂ ਵੇਖਦੇ ਹੋ ਤੇ ਤੁਸੀਂ ਸਾਡੇ ਹੱਕਾਂ ਦਾ ਦਵਾਗ ਕਰਦੇ ਹੋ ਮੈਂ ਉਮੀਦ ਕਰਨਾ ਕਿ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਣੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਆਈਕਨ ਦੇ ਬਟਨ ਦਬਾਉਣਾ ਹੈ ਦੋਸਤਾਂ ਨਾਲ ਸ਼ੇਅਰ ਕਰਨਾ ਹੈ ਤੇ ਅਗਲੀ ਵੀਡੀਓ ਦਾ ਇੰਤਜ਼ਾਰ ਕਰਨਾ ਇਨਸ਼ਾਅੱਲਾ ਇਨਸ਼ਾਅੱਲਾ ਸੋਹਣੀ ਸੁਥਰੀ ਵੀਡੀਓ ਨਾਲ ਦੁਬਾਰਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗਾ ਓਨੀ ਦੇਰ ਤੱਕ ਦੋ ਫਿਰ ਆਪਣੀ ਮਿਹਰਬਾਨੀ ਨੂੰ ਇਜਾਜ਼ਤ ਅੱਲਾ ਨੇ ਕਿਹਾ